ਖਬਰ ਆ ਰਹੀ ਹੈ ਚੀਨ ਤੋਂ ਜਿੱਥੇ ਆਪਾਂ ਨੂੰ ਪਤਾ ਹੈ ਵੀ ਕੋਵਿਡ 19 ਦੀ ਜਿਹੜੀ ਸ਼ੁਰੂਆਤ ਹੋਈ ਸੀ ਪਹਿਲੇ ਕੇਸਿਸ ਜਿਹੜੇ ਦੁਨੀਆ ਭਰ ਦੇ ਵਿੱਚੋਂ ਉੱਥੋਂ ਆਉਣੇ ਸ਼ੁਰੂ ਹੋਏ ਸੀ ਉਧਰ ਸ਼ੇਂਘਾਈ ਦੇ ਵਿੱਚ ਇੱਕ ਦੀ ਫੇਰ ਕਹਿੰਦੇ ਵੀ ਬਹੁਤ ਵੱਡਾ ਕੋਵਿਡ 19 ਦਾ ਲਾਕਡਾਊਨ ਪਿਛਲੇ 2 ਸਾਲਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ ਸ਼ੁਰੂ ਹੋਣ ਜਾ ਰਿਹਾ ਆ ਚੀਨ ਦੇ ਦੁਆਰਾ ਜ਼ੀਰੋ ਕੋਵਿਡ ਸਟਰੈਟਜੀ ਦੇ ਤਹਿਤ ਆਲਰੇਡੀ ਬਹੁਤ ਵਾਰੀ ਮਿਲੀਅਨਸ ਆਫ ਲੋਕਾਂ ਨੂੰ ਘਰਾਂ ਦੇ ਵਿੱਚ ਰਾਤੋ ਰਾਤ ਤਾੜਨ ਦੀਆਂ ਜਿਹੜੀਆਂ ਯੋਜਨਾਵਾਂ ਆ ਉਹ ਲੈ ਕੇ ਆਈਆਂ ਜਾਂਦੀਆਂ ਨੇ ਹੁਣ ਸ਼ੇਂਘਾਈ ਜਿਹੜੀ ਚਾਈਨਾ ਦੀ ਫਾਈਨੈਂਸ਼ੀਅਲ ਆਰਥਿਕ ਰਾਜਧਾਨੀ ਮੰਨੀ ਜਾਂਦੀ ਹੈ ਤੇ ਸਭ ਤੋਂ ਵੱਡਾ ਸ਼ਹਿਰ ਆ ਜਿੱਥੇ 26 ਮਿਲੀਅਨ ਲੋਕ ਰਹਿੰਦੇ ਆ ਉਹਨਾਂ ਦੇ ਵਿੱਚ ਹੁਣ ਲਾਕਡਾਊਨ ਸ਼ੁਰੂ ਹੋਣ ਜਾ ਰਿਹਾ ਆ ਅ 2020 ਦੇ ਵਿੱਚ 76 ਦਿਨਾਂ ਦੇ ਲਈ ਇਹ ਲੋਕਾਂ ਨੂੰ ਪਹਿਲੋਂ ਘਰਾਂ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ ਗਿਆ ਸੀਗਾ ਸੋ ਇਥੋਂ ਇਹ ਲੱਗ ਰਿਹਾ ਹਰਜੋਤ ਸਿੰਘ ਜੀ ਚੀਨ ਦੇ ਵਿੱਚ ਇੱਕ ਵਾਰੀ ਦੁਬਾਰਾ ਜਿਹੜੇ ਕੋਵਿਡ-19 ਦੇ ਕੇਸਸ ਵਧਣੇ ਜਿਹੜੇ ਉਹ ਸ਼ੁਰੂ ਹੋ ਰਹੇ ਆ ਤੇ ਹੁਣ ਕਹਿੰਦੇ ਵੀ ਦੋ ਫੇजेस ਦੇ ਵਿੱਚ ਸਿਟੀ ਡਾਊਨ ਅ ਸਿਟੀ ਦੇ ਹਿਸਾਬ ਦੇ ਨਾਲ ਲਾਕਡਾਊਨ ਆ ਉਹ ਕੀਤਾ ਜਾ ਰਿਹਾ ਆ ਵੂਹਾਨ ਇਲਾਕੇ ਦੇ ਵਿੱਚ ਜਿਹੜੀ ਸੈਂਟਰਲ ਸਿਟੀ ਰਹੀ ਸੀਗੀ ਜਿੱਥੇ ਸਭ ਤੋਂ ਸਖਤ ਇਹਨਾਂ ਨੇ ਜ਼ੀਰੋ ਕੋਵਿਡ ਸਟਰੈਟਜੀ ਤਹਿਤ ਲਾਕਡਾਊਨ ਲਾ ਕੇ ਰੱਖੇ ਸੀਗੇ ਸੋ ਕਹਿੰਦੇ ਵੀ ਘਰਾਂ ਦੇ ਵਿੱਚ ਲੋਕਾਂ ਨੂੰ ਰਾਸ਼ਨ ਪਾਣੀ ਆ ਉਹ ਪੰਚਾਇਆ ਜਾਊਗਾ ਚੈੱਕ ਪੁਆਇੰਟਸ ਜਿਹੜੇ ਉਹ ਲੱਗਣਗੇ ਵੀ ਕਿਸੇ ਵੀ ਦੁਨੀਆ ਦੇ ਹੋਰ ਹਿੱਸੇ ਦੇ ਨਾਲ ਇਹਨਾਂ ਲੋਕਾਂ ਦਾ ਕਾ ਕਾ ਗੱਲਬਾਤ ਆ ਉਹ ਨਾ ਹੋਵੇ ਸਾਰੇ ਆਫਿਸਸਸ ਤੇ ਬਿਜ਼ਨੈਸਸ ਉਹ ਜਿਹੜੇ ਕਨਸਿਡਰਡ ਨਹੀਂ ਹੈਗੇ ਐਸੈਂਸ਼ੀਅਲ ਉਹਨਾਂ ਨੂੰ ਬੰਦ ਕਰ ਦਿੱਤਾ ਜਾਊਗਾ ਤੇ ਪਬਲਿਕ ਟਰਾਂਸਪੋਰਟ ਵੀ ਉੱਥੇ ਸਸਪੈਂਡ ਜਿਹੜਾ ਉਹ ਰਹੇਗਾ ਜਿੰਨੀ ਦੇਰ ਤੱਕ ਸ਼ੇਂਘਾਈ ਦੇ ਲਾਕਡਾਊਨ ਦੇ ਵਿੱਚ ਰਹੂਗਾ ਜੀ ਈਸਟਰਨ ਸਾਈਡ ਆਫ ਹੰਗਪੂ ਰਿਵਰ ਜਿਹੜੀ ਕਿ ਸ਼ੰਗਾਈ ਸ਼ਹਿਰ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦੀ ਆ ਕਹਿੰਦੇ ਵੀ ਇਹ ਦੋਨੋਂ ਪਾਸੇ ਮੰਡੇ ਤੋਂ ਲੈ ਕੇ ਫ੍ਰਾਈਡੇ ਤੱਕ ਸ਼ਟਡਾਊਨ ਰਹਿਣਗੇ ਕੋਵਿਡ ਟੈਸਟਿੰਗ ਬਹੁਤ ਯੋਰਾ ਸ਼ੋਰਾ ਨਾਲ ਹੋ ਰਹੀ ਆ ਮੈਟਰੋਪੋਲੀਟਨ 25 ਮਿਲੀਅਨ ਲੋਕ ਰਹਿੰਦੇ ਆ ਤੇ ਹੌਟਸਪੌਟ ਬਣਿਆ ਹੋਇਆ ਹੈਗਾ ਸੋ ਪ੍ਰੈਜ਼ੀਡੈਂਟ ਜ਼ੀ ਜ਼ਿਨਪਿੰਗ ਉਹ ਕਹਿੰਦੇ ਆ ਵੀ ਮੈਂ ਅਫੀਸ਼ੀਅਲਸ ਨੂੰ ਰਿਕੁਐਸਟ ਕੀਤੀ ਆ ਵੀ ਜਿੰਨੀ ਵੀ ਜਲਦੀ ਇਹਦੇ ਤੇ ਕੰਟਰੋਲ ਹੋ ਸਕਦਾ ਕੰਟਰੋਲ ਹੋਣਾ ਚਾਹੀਦਾ ਹੈਗਾ ਆ ਗਵਰਨਮੈਂਟ ਨੇ ਲਾਕਡਾਊਨ ਤਾਂ ਨਹੀਂ ਰੂਲਡ ਆਊਟ ਕੀਤਾ ਪਰ ਸ਼ਟਡਾਊਨ ਇੱਕ ਤਰ੍ਹਾਂ ਦੇ ਨਾਲ ਪੂਰਾ ਕੀਤਾ ਗਿਆ ਹੈਗਾ ਆ 3450 ਜਿਹੜੇ ਕੇਸਸ ਆ ਉਹ ਸ਼ੰਗਾਈ ਦੇ ਵਿੱਚ ਐਤਵਾਰ ਨੂੰ ਰਿਪੋਰਟ ਕੀਤੇ ਗਏ ਆ ਜੋ ਕਿ 70% ਬਣਦੇ ਆ ਟੋਟਲ ਕੇਸਸ ਦੇ ਵਿੱਚੋਂ ਚਾਈਨਾ ਦੀ ਨੈਸ਼ਨਲ ਹੈਲਥ ਕਮਿਸ਼ਨ ਨੇ 5134 ਕੇਸਸ ਰਿਪੋਰਟ ਕੀਤੇ ਸਿਗੇ ਸੋ ਹਜੇ ਵੀ ਚਾਈਨਾ ਦੇ ਵਿੱਚ ਕਰੋਨਾ ਜਿਹੜੀ ਆ ਕੰਟਰੋਲ ਨਹੀਂ ਆ ਰਹੀ ਆਪਾਂ ਦੇਖਿਆ ਆ ਬਈ ਹਾਂਗਕਾਂਗ ਦੇ ਵਿੱਚ ਵੀ ਸਿਚੁਏਸ਼ਨ ਬੁਰੀ ਆ ਕਹਿੰਦੇ ਬਈ ਇੱਕ ਟਾਈਮ ਤਾਂ ਹਾਂਗਕਾਂਗ ਦੇ ਵਿੱਚ ਜਿਹੜੇ ਕਫਨਸ ਆ ਉਹੋ ਘਟ ਗਏ ਸੀ ਬਾਕਸਸ ਘਟ ਗਏ ਸੀ ਕੇਸ ਇੰਨੇ ਜ਼ਿਆਦਾ ਵਧ ਗਏ ਹੈਗੇ ਆ ਸੋ ਜਿਹੜੀ ਲਾਕਡਾਊਨ ਕਰਨ ਦੀ ਜਿਹੜੀ ਨੀਤੀ ਆ ਚਾਈਨਾ ਦੀ ਉਹ ਬੜੀ ਸਟਰੋਂਗ ਆ ਆਪਾਂ ਦੇਖਿਆ ਜਿਹੜੇ ਵੀ ਸ਼ਹਿਰ 'ਚ ਕੁਛ ਕੇਸ ਕੇਸ ਵੀ ਆਂਦੇ ਆ ਉਹ ਇਮੀਡੀਏਟਲੀ ਪੂਰੇ ਦੇ ਪੂਰੇ ਸ਼ਹਿਰ ਨੂੰ ਲਾਕਡਾਊਨ ਕਰ ਦਿੰਦੇ ਹੈਗੇ ਜੀ ਬਿਲਕੁਲ